ਰਾਮ ਰਾਮ ਜੀ ਸਾਰਿਆਂ ਕੋ। ਅੱਜ ਹੈ ਮਨੂ ਦੀ ਛੁੱਟੀਆਂ ਦਾ 13ਵਾਂ ਦਿਨ ਤੇ ਮਨੂ ਫਰਮੈਂਦਾ ਪਈ ਹੈ ਆਰਾਮ 9 ਵਜੀ ਪਈ ਹੈ ਤੇ ਉੱਠਣ ਦਾ ਕਹਿ ਨਹੀਂ ਲੈਂਦਾ ਪਈ ਹੈ ਨਾਮ, ਕਿਉਂਕਿ ਰਾਤੀ 2:30 ਵਜੇ ਸੁੱਤਾ ਹੈ। ਕੰਮ ਕੋਈ ਨਹੀਂ ਕਰਦਾ ਪਿਆ ਹੈ, ਆਪਣਾ ਮੈਚ ਵੇਖਦਾ ਪਿਆ ਹੈ। ਇੱਕ ਫੁੱਟਬਾਲ ਦਾ ਬਹੁ ਸ਼ੌਕ ਹੈ ਤਾਂ ਉਹ ਮੈਚ ਆਉਂਦਾ ਪਿਆ ਵੇਖਦਾ ਪਿਆ ਹੈ। ਤੇ ਕੱਲ ਰਾਤੀ ਆਈ ਆਈ ਅੰਧੇਰੀ ਬਹੁ ਜ਼ਿਆਦਾ, ਘਰ ਪੂਰੀ ਤਰ੍ਹਾਂ ਤਰਕੀ ਗਿਆ ਤੇ ਸਾਰੇ ਘਰ ਦਿਆਂ ਕੋ ਮੈਂ ਲਾ ਦਿੱਤਾ ਕੰਮ। ਘਰ ਵਾਲੇ ਦੀ ਅੱਜ ਛੁੱਟੀ ਆਈ ਤੇ ਮੈਂ ਕਿਹਾ ਟੁੱਚੂ ਫੁੱਚੂ ਟੁੱਸਾ ਵੀ ਕਰੋ, ਮੰਨੂ ਕੋ ਵੀ ਲਾ ਦਿੱਤਾ ਤੇ ਮੈਂ ਖੁਦ ਵੀ ਲੱਗ ਗਈ। ਘਰ ਦੀ ਚੰਗੀ ਤਰ੍ਹਾਂ ਝਾੜ ਫੂਕ ਕਰ ਦਿੱਤੀ ਹੈ ਤੇ ਤੁਸੀਂ ਵੇਖਦੇ ਪਏ ਹੋ ਘਰ ਦੀ ਕਿਆ ਹਾਲਤ ਮੱਚੀ ਪਈ ਹੈ। ਪੂਰਾ ਘਰ ਮਿੱਟੀ ਮਿੱਟੀ, ਧੂਲ ਮਿੱਟੀ ਥੀ ਗਿਆ ਤੇ ਸੁਮਨ ਰਾਣੀ ਅੱਜ ਅਸੀਂ ਦੁਪਹਿਰੇ 2 ਵਜੇ ਘਰ ਦੀ ਚੰਗੀ ਤਰ੍ਹਾਂ ਝਾੜ ਫੂਕ ਕਰਕੇ ਫਿਰ ਮੈਂ ਆ ਗਈ ਹੈ ਰਸੋਈ 'ਚ ਬਣਾਵਣ ਸਬਜ਼ੀ, ਕਿਉਂਕਿ ਅੱਜ ਮੰਮੀ ਦੀ ਜੀ ਹੈ ਮਤਲਬ ਛੁੱਟੀ, ਇਕਾਦਸ਼ੀ ਦਾ ਵਰਤ ਹੈ ਤੇ ਮੈਂ ਕਿਹਾ ਚੱਲ ਮੈਂ ਬਣਾ ਦੇਣੀ ਆ। ਮੈਂ ਬਣਾਉਂਦੀ ਪਈ ਹਾਂ ਗੀਏ ਦਾ ਭਰਥਾ। ਉਵੇਂ ਤਾਂ ਦਾਲ ਗੀਆ ਬਣਦਾ ਹੈ, ਗੀਏ ਦੇ ਕੋਫਤੇ ਬਣਦੇ ਨੇ, ਪਰ ਮੇਰਾ ਖਾਣ ਦਾ ਮਨ ਕਹਿਣਾ ਹੈ ਗੀਆ ਮੈਂ ਮਲਾਈ ਵਾਲਾ ਬਣਾਉਂਦੀ ਹਾਂ ਜਾਂ ਫਿਰ ਮੈਂ ਬਣਾਉਂਦੀ ਹਾਂ ਗੀਏ ਦਾ ਭਰਥਾ, ਜਿਵੇਂ ਕਿ ਨੋਰਮਲ ਬੈਂਗਣ ਦਾ ਭਰਥਾ ਬਣਦਾ ਉਵੇਂ ਦਾ ਉਵੇਂ। ਤੇ ਨਾਲ ਮੈਂ ਲਾ ਦਿੱਤਾ ਘਰ ਵਾਲੇ ਕੋ ਕੰਮ, ਫਿਰ ਮੈਂ ਕੀਤੀ ਥੋੜ੍ਹੀ ਜਿਹੀ ਰਸੋਈ ਦੀ ਸਫਾਈ। ਹੁਣ ਮੇਰੇ ਕੋ ਕਈ ਲੋਕ ਕਹਿੰਦੇ ਤੁਸੀਂ ਨਾ ਆਪਣੀ ਰਸੋਈ ਦੀ ਸਫਾਈ ਨਹੀਂ ਕਰਦੇ, ਵੀ ਬਲੌਗ ਇਸ ਤੋਂ ਸਭੀ ਕਹਿੰਦੇ ਹੋ ਸਾਰਾ ਦਿਨ ਰੀਲਾਂ ਬਣਾਉਂਦੇ ਰਹਿੰਦੇ। ਮੈਂ ਤੁਹਾਨੂੰ ਦੱਸਾਂ ਅਸਾਂ ਨਾ ਪੂਰੇ ਘਰ ਕੋ ਰੀਨੋਵੇਟ ਕਰਾਇਆ ਤੇ, ਲੇਕਿਨ ਰਸੋਈ ਸਾਡਾ ਬਹੁ ਜ਼ਿਆਦਾ ਕੰਮ ਆਈ ਮਿਸਤਰੀ ਦਾ, ਤੇ ਹਾਲੀ ਬਜਟ ਕਹਿਣੀ ਤੇ ਹਾਲੀ ਅਸਾਂ ਰਸੋਈ ਚ ਮਿਸਤਰੀ ਨਹੀਂ ਲਾ ਸਕਦੇ। ਪਰ ਜਿਵੇਂ ਵੀ ਹੈ ਮੈਂ ਬਹੁ ਕੋਸ਼ਿਸ਼ ਕਰੀਨੀ ਹੈ ਕੁਛ ਸਾਫ਼ ਰੱਖਣ ਦੀ, ਪਰ ਕੰਮ ਬਹੁਤ ਜ਼ਿਆਦਾ ਹੁੰਦਾ ਹੈ ਰਸੋਈ ਚ ਤੇ ਸਾਰਾ ਕੁਛ ਨਾ ਕੁਛ ਬਣਦਾ ਹੀ ਰਹਿੰਦਾ ਤੇ ਪੂਰੀ ਤਰ੍ਹਾਂ ਤਾਂ ਸਾਫ਼ ਨਹੀਂ ਰਹਿ ਸਕਦੀ ਨਾ, ਪਰ ਕੋਸ਼ਿਸ਼ ਬਹੁ ਕਰੀਨੀ ਆ। ਤੇ ਉਸ ਤੋਂ ਬਾਅਦ ਮੈਂ ਆ ਗਈ ਹਾਂ ਨਾਸ਼ਤਾ ਬਣਾਉਣ ਵਾਸਤੇ। ਮੈਂ ਕਿਹਾ ਚਲੋ, ਕਿਉਂਕਿ ਸੰਡੇ ਹੈ ਤੇ ਨਾਸ਼ਤਾ ਲੇਟ ਹੀ ਬਣਦਾ, ਇਸ ਟਾਈਮ ਵੱਜੇ ਪਏ ਦੁਪਹਿਰ ਦੇ 12 ਤੇ ਹਾਲੀ ਬਣਦਾ ਪਈ ਹੈ ਸੰਡੇ ਦਾ ਸਾਗਰ ਦਾ ਸਵੇਰ ਦਾ ਨਾਸ਼ਤਾ। ਤੇ ਇਸ ਤੋਂ ਬਾਅਦ ਦੁਪਹਿਰ ਦੀ ਰੋਟੀ ਹੋ ਸੀ ਸਾਡੀ 4 ਵਜੇ ਤੇ ਇੱਥੇ ਘਰ ਵਾਲਾ ਮੇਰਾ ਕਰਿੰਦਾ ਪਿਆ ਆਪਣਾ ਕੰਮ, ਮੈਨੂੰ ਫਰਮੈਂਦਾ ਪਿਆ ਫਿਰ ਆਰਾਮ, ਕਿਉਂਕਿ ਇਹਨੂੰ ਬਸ ਅੱਜ ਪੂਰਾ ਦਿਨ ਅਯੋ ਸੀ ਆਰਡਰ ਚਲਾਉਣਾ, ਤੇ ਫਿਰ ਇਹ ਆਪਣਾ ਕੰਮ ਕਰਕੇ ਬੈਠੇ ਤੇ ਫਿਰ ਚਲਾ ਦਿੱਤਾ ਮੇਰੇ ਕੋ ਆਰਡਰ। ਪੂਰਾ ਦਿਨ ਅੱਜ ਮੇਰੀ ਅਯੋ ਡਿਊਟੀ ਹੈ, ਕਦੇ ਨਿੰਬੂ ਪਾਣੀ ਬਣਾਇਆ, ਕਦੇ ਚਾਹ ਬਣਾਵਾ, ਕਦੇ ਰੋਟੀ ਬਣਾਵਾ, ਕਦੇ ਤਰਬੂਜ ਕੱਟ ਦੇ, ਪੂਰਾ ਦਿਨ ਮੈਂ ਅਯੋ ਲੱਗੇ ਰਾਵਣਾ। ਉਵੇਂ ਤਾਂ ਮੈਂ ਕਦੇ ਕਦੇ ਘਰ 'ਚ ਜਿਲ੍ਹੇ ਸੰਡੇ ਹੁੰਦਾ ਨਾ ਵਿਹਲੀ ਥੀ ਵੈਂਦੀ ਹਾਂ, ਲੇਕਿਨ ਜਿਸ ਦਿਨ ਇਹ ਘਰ ਹੋਵੇ ਉਸ ਦਿਨ ਮੈਂ ਪੂਰਾ ਦਿਨ ਵਿਹਲੀ ਨਹੀਂ ਥੀਂਦੀ, ਕਿਉਂਕਿ ਇੰਨੇ ਆਰਡਰ ਤੋਂ ਆਰਡਰ ਚੱਲਦੇ ਨੇ ਕਿਆ ਹੀ ਕਰ ਸਕਦੇ ਹਾਂ। ਫਿਰ ਕੁਛ ਖਾ ਪੀ ਕੇ ਬਹਿ ਵੈਂਦੇ ਨੇ, ਫਿਰ ਥੋੜ੍ਹੀ ਦੇਰ ਬਾਅਦ ਫਿਰ ਆਰਡਰ ਚਲਾਉਂਦੇ ਨੇ ਕੁਛ ਬਣਾ ਦੇ ਦੋਨੋਂ ਪਿਓ ਪੁੱਤਰ ਰਿਵਨ। ਫਿਰ ਵੱਜ ਗਈ ਦੁਪਹਿਰ ਦੀ 2:30 ਤੇ ਸੁਮਨ ਰਾਣੀ ਹੁਣ ਆਈ, 2:30 ਵਜੇ ਸਾਥ ਹੁੰਦੀ ਪਈ ਹੈ ਸਾਡੇ ਘਰ ਦੀ ਸਫਾਈ, ਤੇ ਨਾਲੇ ਚਲਦੇ ਪਏ ਨੇ ਬਹਾਨੇ, ਅੱਜ ਮੈਂ ਲੇਟ ਥੀ ਗਈ ਹਾਂ, ਅੱਜ ਕਿਸੇ ਦੇ ਘਰ ਇਹ ਕੰਮ ਆਏ। ਤੁਸੀਂ ਵੇਖ ਸਕਦੇ ਹੋ ਇਹਦੇ ਮੂੰਹ ਤੋਂ ਕਿ ਕਿਆ ਕਿਆ ਬਹਾਨੇ ਚਲਦੇ ਪਏ ਉਸ ਦਿਨ। ਚਲੋ ਕੋਈ ਗੱਲ ਨਹੀਂ, ਕਦੇ ਕਦੇ ਥੀ ਵੈਂਦਾ। ਤੇ ਕੱਲ੍ਹ ਅੰਧੇਰੀ ਆਈ ਨਾ ਤੇ ਇਹ ਛੋਟੇ ਛੋਟੇ ਜਿਹੜੇ ਖਿਲੌਣੇ ਜਿਹਾ ਨੇ ਬਹੁਤ ਜ਼ਿਆਦਾ ਗੰਦੇ ਥੀ ਗਏ ਹਨ, ਇਹ ਮੈਨੂੰ ਦੇ ਬਚਪਨ ਦੇ ਖਿਲੌਣੇ ਮੈਂ ਸੰਭਾਲ ਕੇ ਰੱਖੇ ਹੋਏ ਹਨ, ਕਦੇ ਕਦੇ ਮੈਨੂੰ ਹੁਣ ਵੀ ਇਹਨਾਂ ਦੇ ਨਾਲ ਖੇਡ ਲੈਂਦਾ ਤੇ ਬਹੁਤ ਮੈਲੇ ਥਏ ਪਏ। ਮੈਂ ਇਹਨਾਂ ਕੋ ਵੀ ਮਸ਼ੀਨੇ 'ਚ ਚੰਗੀ ਤਰ੍ਹਾਂ ਨਵਾ ਦਿੱਤਾ, ਮੈਂ ਕਿਹਾ ਅੱਜ ਤਾਂ ਤੁਹਾਡੀ ਵੀ ਖੈਰ ਕਹਿਣੀ, ਸਾਰੇ ਆ ਜਾਓ ਲਾਈਨ ਤੇ, ਸਾਰਿਆਂ ਕੋ ਲਾਈਨ ਤੇ ਲਾ ਰੱਖਿਆ। ਬਸ ਮੈਂ ਅੱਜ ਇਹਨਾਂ ਕੋ ਨਵਾ ਧੁਆ ਕੇ ਬਿਠਾ ਦਿੱਤਾ ਆਪਣਾ, ਫਿਰ ਸ਼ਾਮੀ ਥੀ ਗਈ ਹੈ, ਰੋਟੀ ਰੋਟੀ ਖਵਾ ਕੇ 5 ਵਜੇ ਫਿਰ ਆਰਡਰ ਆ ਗਿਆ ਸਾਹਿਬ ਜੀ ਦਾ, ਚਾਹ ਬਣਾ ਦਿਓ। ਚਲੋ ਚਾਹ ਵੀ ਬਣਾ ਦਿੱਤੀ, ਹੁਣ ਚਲਾਇਆ ਮੈਂ ਆਪਣਾ ਆਰਡਰ। ਮੈਂ ਕਿਹਾ ਹੁਣ ਮੈਂ ਕੋਈ ਕੰਮ ਕਹਿ ਨਹੀਂ ਕਰਨਾ, ਹੁਣ ਮੇਰੇ ਕੋ ਕਿੱਥੇ ਘੁਮਾ ਕੇ ਲਿਆਓ। ਤੇ ਮੈਂ ਆਪਣਾ ਸੱਜ ਧਜ ਕੇ ਜੀਨਸ ਟੋਪ ਆ ਕੇ ਥੀ ਗਈ ਹਾਂ ਤਿਆਰ, ਤੇ ਅਸਾਂ ਵੇਂਦੇ ਪਏ ਅੱਜ ਬਾਹਰ। ਬਾਹਰ ਕਹਿ ਨਹੀਂ ਵੇਂਦੇ ਪਏ, ਪਾਣੀਪਤ ਦਾ ਇਕਲੌਤਾ ਮੋਲ ਹੈ ਮਿੱਤਲ ਮੋਲ, ਉੱਥੇ ਹੀ ਵੇਂਦੇ ਪਏ ਹਾਂ, ਹੋਰ ਕਿੱਥੇ ਜਾਵਣ ਦੀ ਕੋਈ ਸ਼ੈ ਹੀ ਨਹੀਂ, ਨਾ ਹੀ ਦੂਰ ਜਾਵਣ ਦਾ ਮਨ ਆਈ। ਫਿਰ ਅਸਾਂ ਗਏ ਤੇ ਮੈਨੂੰ ਜਦਨ ਤੂੰ ਵੱਡਾ ਥੀ ਹੈ ਨਾ, ਇਹ ਅੱਗੂ ਮੇਰੀ ਸੀਟ ਮਲ ਕੇ ਬਹਿ ਵੈਂਦਾ ਹੈ, ਪਹਿਲੇ ਹੀ ਬਹਿ ਵੈਂਦਾ। ਜਿਸੇ ਜਿਵੇਂ ਅਸਾਂ ਬਾਲ ਹੁੰਦੇ ਸੀ ਨਾ ਸਕੂਲੇ 'ਚ ਬਹਿ ਵੈਂਦੇ ਸੀ, ਇਹ ਸੀਟ ਮੇਰੀ ਆ, ਅਸਾਂ ਬੈਗ ਰੱਖ ਦਿੱਤਾ, ਬਸਤਾ ਰੱਖ ਦਿੱਤਾ, ਕਿਤਾਬ ਰੱਖ ਦਿੱਤੀ, ਉਵੇਂ ਇਹ ਵੀ ਅੱਗੂ ਸੀਟ ਤੇ ਬਹਿ ਵੈਂਦਾ ਤੇ ਕਹਿੰਦਾ ਇਹ ਸੀਟ ਮੇਰੀ ਆ, ਹੁੰਦਾ ਮੈਂ ਬਾਸਾਂ। ਅਸਾਂ ਫਿਰ ਮੋਲ ਪਹੁੰਚ ਗਏ, ਮੋਲ ਪਹੁੰਚ ਕੇ ਥੋੜਾ ਘੁੰਮੇ, ਗਰਮੀ ਬਹੁ ਆਈ,
ਬਿਲਕੁਲ ਵੀ ਦਿਲ ਕਹਿਣਾ ਕਰਿੰਦਾ ਪਿਆ, ਬਸ ਇਵੇਂ ਹੀ ਘਰ ਵੀ ਬੇਚੈਨ ਥੀ ਵੇ ਨੇ, ਬਾਹਰ ਆਨੇ ਤਾਂ ਵੀ ਬੇਚੈਨ ਥੀ ਵੇ ਨੇ, ਉੱਤੋਂ ਇਹਨਾਂ ਦੀ ਮੇਰੇ ਕੋਲ ਹਰਕਤਾਂ ਨਹੀਂ ਪਸੰਦ ਆਉਂਦੀਆਂ। ਮੈਂ ਚਲਦੀ ਹਾਂ ਪਿੱਛੇ ਤੇ ਇਹ ਮੇਰੇ ਕੋਲ 1 ਕਿਲੋਮੀਟਰ ਅੱਗੂ ਚੱਲਦੇ ਨੇ, ਮੈਂ ਬਸ ਆਵਾਜ਼ਾਂ ਮਰੇਦੀ ਰਹਿੰਦੀ ਹਾਂ, ਰੁਕੋ ਮੈਂ ਵੀ ਤੁਹਾਡੇ ਨਾਲ ਆਈ ਹਾਂ, ਮੇਰੇ ਕੋਲ ਵੀ ਲੈ ਲਓ। ਪਰ ਇਹਨਾਂ ਆਦਮੀਆਂ ਦੇ ਨਾਲ ਆਉਣ ਦਾ ਕੋਈ ਸਵਾਦ ਨਹੀਂ ਆਉਂਦਾ, ਇਸ ਤੋਂ ਚੰਗਾ ਤਾਂ ਆਪਣੀ ਸਹੇਲੀਆਂ ਨਾਲ ਆਓ, ਇੰਜੋਏ ਕਰੋ। ਇਹ ਪਾਣੀਪਤ ਦਾ ਇਕਲੌਤਾ ਮੋਲ ਹੈ ਜਿਹਦੇ ਚ ਲੋਕ ਥੋੜਾ ਖੁਸ਼ ਖਸ਼ ਹੋ ਕੇ ਆਵੇਂਦੇ ਨੇ, ਮਤਲਬ ਥੋੜਾ ਜਿਹਾ ਬੱਚਿਆਂ ਦੀ ਐਂਟਰਟੇਨਮੈਂਟ ਦੀ ਸ਼ਈਆਂ ਐਨ ਖਿਲੋ ਖੇਲ ਖਿਲੌਣੇ ਆਪਣਾ ਝੂਲੇ ਝਾਲੇ। ਫਿਰ ਅਸਾਂ ਆ ਗਏ ਮੈਕਡੀਏ ਚ ਖਾਵਣ, ਤੇ ਇੱਥੇ ਇੰਨੀ ਲੰਬੀ ਲਾਈਨ ਲੱਗੀ ਹੈ ਜਿਵੇਂ ਕਿ ਫ੍ਰੀ ਚ ਲੰਗਰ ਵੰਡੀਦਾ ਪਿਆ ਹੋਵੇ। ਘਰ ਥੋੜੀ ਜਿਹੀ ਦੇਰ ਥੀ ਮੰਜੇ ਨਾ ਤਾਂ ਇੰਨਾ ਬੋਲਣ ਲੱਗ ਪੈਂਦੇ ਨੇ, ਇੰਨੀ ਦੇਰ ਥੀ ਗਈ ਹਾਲੀ ਰੋਟੀ ਕਹਿੰਦੀ ਬਣਾਈ, ਤੇ ਇੱਥੇ ਵੇਖੋ ਕਿਤਨੀ ਦੇਰ ਲੱਗ ਗਈ ਖੜੋ ਤਿੰਨ ਲਾਈਨ ਚ। ਪਰ ਫਿਰ ਫਾਈਨਲੀ ਸਾਕੂ ਸਾਡਾ ਆਰਡਰ ਮਿਲ ਗਿਆ, ਅਸਾਂ ਲੈ ਕੇ ਆਏ ਬਰਗਰ, ਕੋਲਡ ਡਰਿੰਕ, ਕੋਲਡ ਕੌਫੀ, ਤੇ ਨਾਲੇ ਆਪਣਾ ਮੰਨੂ ਲੈ ਕੇ ਫ੍ਰੈਂਚ ਫ੍ਰਾਈਜ਼। ਇਹ ਮੈਕਡੀ ਦਾ ਬਰਗਰ ਨਾ ਮੈਂ ਘੱਟ ਤੋਂ ਘੱਟ 1 ਸਾਲ ਬਾਅਦ ਖਾਂਦੀ ਪਈ ਹੋ ਸਾਂ, ਬਹੁਤ ਦਿਨ ਸੀਗੇ ਸਾਕੂ ਮੋਲ ਆਏ ਹੋਏ ਤੇ ਮੈਕਡੀ ਤੇ ਬਰਗਰ ਖਾਧੇ ਹੋਏ। ਫਿਰ ਅਸਾਂ ਇੱਥੇ ਥੋੜੀ ਜਿਹੀ ਰੀਲਾਂ ਬਣਾਈਆਂ, ਥੋੜੀ ਜਿਹੀ ਮਸਤੀ ਕੀਤੀ। ਇੱਥੇ ਮਿਲਦਾ ਨਾ ਬੱਚੇ ਵਾਲਾ ਚਸ਼ਮਾ, ਇਹ ਪਾ ਕੇ ਮੈਂ ਥੋੜੀ ਜਿਹੀ ਰੀਲ ਬਣਾਈ, ਮੂੰਹ ਬਣਾਏ ਟੇਢੇ ਮੇਢੇ, ਟੇਢੇ ਮੇਢੇ ਮੂੰਹ ਬਣਾ ਕੇ ਮੇਰੀ ਰੀਲ ਬਣ ਗਈ। ਤੇ ਇੱਥੇ ਆਇਆ ਇੱਕ ਬੱਚਾ ਸਾਕੂ ਪੁੱਛਣ, ਤੁਸੀਂ ਆਓ ਹੋ ਨਾ ਜਿਹੜੀ ਵੀਡੀਓ ਬਣਾਉਂਦੇ ਹੋ? ਮੈਂ ਕਿਹਾ ਹਾਂ ਮੈਂ ਆਊ ਆ। ਫਿਰ ਅਸਾਂ ਕਰਾ ਲਈਏ ਘਰ ਵਾਸਤੇ ਵੀ ਪੈਕ, ਕਿਉਂਕਿ ਮੰਮੀ ਜੀ ਦਾ ਹਾਇਆ ਵਰਤੇ, ਪਰ ਪਾਪਾ ਜੀ ਦਾ ਵਰਤ ਤਾਂ ਕਹਿਣੀ ਨਾ। ਫਿਰ ਅਸਾਂ ਪਾਪਾ ਜੀ ਵਾਸਤੇ ਕਰਵਾਇਆ ਹੈ ਮੈਕਪਫ ਪੈਕ, ਤੇ ਅਸਾਂ ਖਾਧੀ ਇਹ ਵਾਲੀ ਆਈਸਕ੍ਰੀਮ। ਇਹ ਆਈਸਕ੍ਰੀਮ ਮੇਰੇ ਕੋਲ ਬਹੁਤ ਸਵਾਦ ਲੱਗਦੀ, ਬੜੀ ਹਲਕੀ ਜੀ, ਬੜੀ ਟੇਸਟੀ, ਲਾਈਟ ਲਾਈਟ ਜੀ ਲੱਗਦੀ ਹੈ। ਫਿਰ ਅਸਾਂ ਆਈਸਕ੍ਰੀਮ ਚਾਤੀ ਤੇ ਚੱਲ ਪਏ ਘਰ ਕੋ ਰਾਏ ਚ ਖਾ ਲੈ ਸੂ, ਕਿਉਂਕਿ ਪਾਪਾ ਜੀ ਵਾਸਤੇ ਅਸਾਂ ਪੈਕ ਕਰਾਏ, ਉਹ ਪਾਪਾ ਜੀ ਕੋ ਵੀ ਦੇਵਣਾ, ਪਾਪਾ ਜੀ ਨੇ ਖਾਣ ਆਈ, ਤੇ ਅਸਾਂ ਵੇਂਦੇ ਹਾਂ ਘਰ। ਤੋ ਅੱਕੋ ਅੱਜ ਦੀ ਮੇਰੀ ਰਾਮ ਰਾਮ ਜੀ, ਵਲੋਗ ਪਸੰਦ ਆਇਆ ਹੋਵੇ ਤਾਂ ਲਾਈਕ ਕਰਨਾ, ਫੋਲੋ ਕਰਨਾ ਤੇ ਸ਼ੇਅਰ ਵੀ ਕਰਨਾ। ਰਾਮ ਰਾਮ ਜੀ।